ਪੰਜਾਬ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਹਰ ਰੋਜ਼ ਰੌਲਾ ਪਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸਤਰਕ ਹੋਣ ਦੇ ਕਾਰਨ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾ। ਪੰਜਾਬ ਵਿੱਚ ਜ਼ਿਲ੍ਹਾ ਜਲੰਧਰ ਦਾ ਫਿਲੌਰ ਸ਼ਹਿਰ ਹੁਣ ਨਸ਼ੇ ਵਿੱਚ ਨਾਮ ਕਮਾ ਰਿਹਾ ਹੈ। ਫਿਲੌਰ ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਨਸ਼ੇ ਦੀ ਓਵਰਡੋਜ਼ ਹੋਣ ਦੇ ਨਾਲ ਨੌਜਵਾਨ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਨੇ। ਪੁਲਿਸ ਪ੍ਰਸ਼ਾਸਨ ਵੀ ਨਸ਼ੇ ਦੇ ਕਾਬੂ ਪਾਉਣ ਵਿੱਚ ਨਾਕਾਮ ਰਿਹਾ ਹੈ। ਅੱਜ ਫਿਰ ਫਿਲੌਰ ਦੇ ਰਹਿਣ ਵਾਲੇ ਹਰਪ੍ਰੀਤ ਉਰਫ਼ ਪੀਤੀ ਪੁੱਤਰ ਦੇਸਰਾਜ ਉਮਰ 23 ਸਾਲ ਜੋ ਕਿ ਗੜਾ ਰੋਡ ਫਿਲੌਰ ਵਿਖੇ ਰਹਿੰਦੇ ਨੇ ਕੱਲ੍ਹ ਸ਼ਾਮ ਤੋਂ ਹੀ ਘਰੋਂ ਗਾਇਬ ਸੀ ਜੋ ਕਿ ਨਸ਼ਾ ਕਰਨ ਦਾ ਆਦੀ ਸੀ। ਨਸ਼ੇ ਦੀ ਓਵਰਡੋਜ਼ ਹੋਣ ਨਾਲ ਜ਼ਖੀਰੇ ਵਿੱਚ ਡਿੱਗਿਆ ਪਿਆ ਮਿਲਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਲਿਆਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਸ਼ੇ ਦੇ ਕਾਰਨ ਅੱਜ ਇੱਕ ਹੋਰ ਘਰ ਦਾ ਚਿਰਾਗ ਬੁੱਝ ਗਿਆ। ਅਜੇ ਹੋਰ ਵੀ ਸੈਂਕੜੇ ਨੌਜਵਾਨ ਨੇ ਜੋ ਕਿ HIV ਪੋਜ਼ਿਟਿਵ ਤੁਰੇ ਫਿਰਦੇ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਫਿਲੌਰ ਸ਼ਹਿਰ ਵੱਲ ਖਾਸ ਧਿਆਨ ਦਿੱਤਾ ਜਾਵੇ ਜੋ ਕਿ ਨਵੀਂ ਪੀੜ੍ਹੀ ਦੇ ਨੌਜਵਾਨ ਇਸ ਨਸ਼ੇ ਦੀ ਦਲਦਲ ਤੋਂ ਬਚ ਸਕਣ। ਹੁਣ ਕਿੱਥੋਂ ਮਿਲਿਆ ਹੈਗਾ, ਕਿਹੋ ਕਿਹੋ ਜਿਹੇ ਹਾਲਾਤਾਂ 'ਚ ਮਿਲਿਆ? ਵਤੀਰੇ 'ਚ ਪਿਆ ਸੀਗਾ, ਬਸ ਉਹਦੇ ਮੁੰਡੇ ਕਹਿੰਦੇ ਸਾਹ ਹੈਗਾ ਸਾਹ ਹੈਗਾ, ਅਸੀਂ ਇੱਥੇ ਨਹੀਂ ਚੱਕਦੇ। ਅੱਛਾ ਜੀ, ਫਟਾਫਟ ਮੈਂ ਰੋਟੀ ਖਾਣਾ ਹੈ ਜੀ, ਕੰਮ ਤੋਂ। ਠੀਕ ਹੈ ਜੀ, ਇੱਥੇ ਨਹੀਂ ਚੱਕਦੇ ਫਟਾਫਟ। ਅਤੇ ਪਤਾ ਲੱਗਾ ਕੁਛ ਉਹਨੇ ਕੋਈ ਖਾਧਾ ਖੁਦਾ ਕੀ ਹੈਗਾ ਕੁਛ? ਨਹੀਂ ਨਹੀਂ ਪਤਾ। ਕੁਛ ਨਸ਼ਾ ਵਗੈਰਾ ਕਰਦਾ ਸੀ ਪਹਿਲਾਂ ਵੀ? ਪਹਿਲਾਂ ਹੁਣ ਡੇਢ ਹੋ ਚੁੱਕਾ ਹਰਪ੍ਰੀਤ, ਸਨ ਆਫ ਦੇਸਰਾਜ, ਵਾਸੀ ਮਹੱਲਾ ਚੌਧਰੀਆਂ, ਗੜਾ ਰੋਡ ਫਲੋਰ ਦਾ ਉਹਦੇ ਲੈ ਕੇ ਆਏ ਸੀ ਉਹਦੇ ਫਾਦਰ ਅਤੇ ਬ੍ਰਦਰ, ਅਤੇ ਉਹਨਾਂ ਨੂੰ ਇਹਦੀ ਡੈੱਡ ਬੋਡੀ ਇੱਥੇ ਨੇੜੇ ਦੀ ਫਲੋਰ ਦੇ ਨੇੜੇ ਹੀ ਮਿਲੀ ਹੈ ਜੀ, ਅਤੇ ਬਰੋਡ ਡੈੱਡ ਸੀ ਸਾਡੇ ਕੋਲ। ਠੀਕ ਆ, ਕਿ ਅਸੀਂ ਬੋਡੀ ਮੋਰਚਰੀ 'ਚ ਸ਼ਿਫਟ ਕਰ ਦਿੱਤੀ ਹੈ, ਪੁਲਿਸ ਨੂੰ ਇਨਫੋਰਮ ਕਰ ਦਿੱਤਾ ਹੈ, ਬਾਕੀ ਇਹਦੇ ਪੋਸਟਮਾਰਟਮ ਕਰਵਾ ਕੇ ਨਿਊਜ਼ ਦੇ ਕਾਰਨ। ਕਿਹੋ ਜਿਹੇ ਸਿਮਟਮ ਸੀ ਬੋਡੀ ਦੇ, ਕੋਈ ਓਵਰਡੋਜ਼ ਵਗੈਰਾ ਦਾ ਜਾਂ ਕੋਈ ਲੱਗਦਾ ਉਸੇ ਇਹਨਾਂ ਦਾ? ਅਤੇ ਪੋਸਟਮਾਰਟਮ ਕਰਨ ਤੋਂ ਬਾਅਦ ਹਰਪ੍ਰੀਤ ਕੀਤੀ ਆ, ਉਹਦਾ ਬਾਪ ਲੈ ਕੇ ਆਇਆ ਵਾ, ਉਹ ਕਹਿੰਦਾ ਨਾਨਕੇ ਦਾ ਕਿਤੇ ਰਹਿ ਜਾਏ। ਕਿੱਥੇ ਦਾ ਜੀ? ਅਤੇ ਗੜੇ ਦਾ ਜੀ। ਕਿੱਥੇ ਇਹਦੀ ਡੈੱਡ ਬੋਡੀ ਕਿੱਥੋਂ ਮਿਲੀ? ਕਿਤੇ ਰਸਤੇ ਵਿੱਚ। ਹਾਂਜੀ, ਰਸਤੇ ਵਿੱਚ। ਕੀ ਸਰ ਕਾਰਵਾਈ, ਸਰ ਕਾਰਵਾਈ ਕੀ ਕਰ ਰਹੇ ਹੋ? ਕਾਰਵਾਈ ਉਹਨਾਂ ਦੇ ਦਿਨਾਂ 'ਤੇ ਜੋ ਨਾਂ ਕੀ ਜਿਹਨਾਂ ਦਾ ਹਰਪ੍ਰੀਤ। ਸਰਕਾਰ ਜਿੱਥੇ ਨਸ਼ਿਆਂ ਨੂੰ ਰੋਕਣ ਲਈ ਕਾਫੀ ਉਪਰਾਲੇ ਕਰ ਰਹੀ ਆ, ਉੱਥੇ ਛੋਟੇ ਛੋਟੇ ਸ਼ਹਿਰਾਂ ਵਿੱਚ ਜਿਹੜੇ ਨਸ਼ੇ ਦੇ ਸੌਦਾਗਰ ਆ ਅਜੇ ਤੱਕ ਵੀ ਨਹੀਂ ਡੱਕੇ ਜਾ ਰਹੇ। ਅੱਜ ਫਲੌਰ ਸ਼ਹਿਰ ਵਿੱਚ ਇੱਕ ਫਿਰ ਬਹੁਤ ਵੱਡਾ ਦਫਾਂਤ ਆ, ਜਿੱਥੇ 23 ਸਾਲਾਂ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰਕੇ ਉਹ ਆਪਣੀ ਪਰਿਵਾਰ ਨੂੰ ਛੱਡ ਚੁੱਕਾ ਹੈਗਾ। ਫਲੌਰ ਸ਼ਹਿਰ ਇੱਕ ਇੱਦਾਂ ਦਾ ਸ਼ਹਿਰ ਹੈਗਾ ਜਿੱਥੇ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਜਿਹੜੀਆਂ ਡੈੱਡ ਬੋਡੀਆਂ, ਜਿਹੜੀਆਂ ਮੁੰਡੇ ਜਿਹੜੇ ਨਸ਼ੇ ਕਰਦੇ ਹੈਗੇ ਆ, ਜਿਹੜਾ ਓਵਰਡੋਜ਼ ਕਰਦੇ ਹੈਗੇ, ਉਹਨਾਂ ਦੀਆਂ ਡੈੱਡ ਬੋਡੀਆਂ ਮਿਲੀਆਂ। ਕੁਛ ਤਾਂ ਪਿਛਲੇ 2 ਨੌਜਵਾਨ ਤਾਂ ਇੱਥੇ ਸਿਵਲ ਹਸਪਤਾਲ ਫਲੌਰ ਵਿੱਚ ਹੀ ਉਹਨਾਂ ਦੀਆਂ ਡੈੱਡ ਬੋਡੀਆਂ ਮਿਲੀਆਂ ਸੀਗੀਆਂ, ਉਹਨਾਂ ਦੇ ਬਾਥਰੂਮਾਂ ਵਿੱਚ ਡੈੱਡ ਬੋਡੀ ਮਿਲੀ ਸੀ। ਅਤੇ ਹੁਣ ਅੱਜ ਫਿਰ ਇੱਕ ਫਲੌਰ ਦੇ ਲਾਗੇ ਗੜਾ ਰੋਡ ਵਾਲਾ ਇੱਕ ਜੰਗਲਾਤ ਮਹਿਕਮਾ ਹੈਗਾ, ਉੱਥੋਂ ਇੱਕ 23 ਸਾਲਾਂ ਨੌਜਵਾਨ ਹਰਪ੍ਰੀਤ ਪੀਤੀ ਔਰ ਸਨ ਆਫ ਸ਼੍ਰੀ ਦੇਸਰਾਜ ਜੀ, ਉਹ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹ ਡੈੱਡ ਬੋਡੀ ਮਿਲੀ ਹੈਗੀ ਆ। ਉਹ ਰਾਤ ਤੋਂ ਉਹਦੇ ਘਰਦਿਆਂ ਦੇ ਕਹਿਣ ਦੇ ਮੁਤਾਬਕ ਉਹ ਰਾਤ ਤੋਂ ਹੀ ਗੁੰਮ ਸੀ, ਅਸੀਂ ਉਹਦੀ ਭਾਲ ਕਰ ਸੀ, ਲੇਕਿਨ ਉਹ ਨਹੀਂ ਮਿਲ ਸਕਿਆ। ਅੱਜ ਉਹਦੀ ਸਵੇਰੇ ਡੈੱਡ ਬੋਡੀ ਮਿਲੀ ਹੈਗੀ ਆ। ਉਹਦੇ ਯਾਰਾਂ ਦੋਸਤਾਂ ਤੋਂ ਕਹਿਣ ਸੁਣਦੇ ਆਸੇ ਪਾਸੇ ਸੁਣਦੇ ਮੁਤਾਬਕ ਉਹਦਾ ਬੱਚਾ ਸੀਗਾ,
ਉਹ ਕੁਛ ਨਸ਼ਾ ਕਰ ਰਿਹਾ ਸੀਗਾ, ਉਹਦੇ ਕਰਕੇ ਜਿਹੜੀ ਓਵਰਡੋਜ਼ ਜਿਹੜੀ ਹੋਣ ਕਰਕੇ ਉਹਦੀ ਡੈੱਡ ਬੋਡੀ ਜੇ ਉੱਥੇ ਡੈੱਥ ਹੋ ਚੁੱਕੀ, ਉਹਦੀ ਡੈੱਡ ਬੋਡੀ ਤਾਂ ਸਿਵਲ ਹੋਸਪਿਟਲ ਫਲੋਰ ਵਿੱਚ ਲਿਆਂਦੀ ਗਈ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਜਿਹੜੇ ਸਿਵਲ ਹੋਸਪਿਟਲਾਂ ਵਿੱਚ ਜਿਹੜੇ OST ਸੈਂਟਰ ਬਣੇ ਹੈਗੇ, ਇੱਥੇ ਨਸ਼ਾ ਛਡਾਊ ਜਿਹੜੇ ਕੇਂਦਰ ਬਣੇ ਹੈਗੇ ਆ, ਉੱਥੇ ਜਾਣ ਕੇ ਜ਼ਿਆਦਾ ਕਵਰਿੰਗ ਕੀਤੀ ਜਾਵੇ, ਉਹਨੂੰ ਜ਼ਿਆਦਾ ਕਵਰ ਕੀਤਾ ਜਾਵੇ। ਜਿਹੜੇ ਬੱਚੇ ਉੱਥੇ ਮੈਡੀਸਨ ਖਾਂਦੇ ਆ ਉਹ ਮੈਡੀਸਨ ਖਾ ਨਹੀਂ ਰਹੇ, ਮੈਡੀਸਨ ਮੂੰਹ ਵਿੱਚ ਰੱਖ ਕੇ ਲਿਆ ਕੇ ਬਾਹਰ ਲਿਆ ਕੇ ਵੇਚੀ ਜਾ ਰਹੀ ਹੈ। ਸਿਵਲ ਹੋਸਪਿਟਲ ਵਿੱਚ ਇੱਦਾਂ ਦਾ ਇੱਕ ਦਾਇਰਾ ਹੈਗਾ, ਉਹ ਜੇ ਤਾਂ ਬੱਚੇ ਨੂੰ ਉਸ ਨੂੰ ਕਵਰ ਕਰਨ ਤਾਂ ਬਹੁਤ ਵੱਡਾ ਜਿਹੜਾ ਦੁਕਾਨ ਤਾਂ ਉਹ ਟਲ ਸਕਦਾ ਹੈਗਾ, ਲੇਕਿਨ ਫਲੋਰ ਸ਼ਹਿਰ ਵਿੱਚ ਇੱਕ ਇੱਦਾਂ ਦਾ ਸ਼ਹਿਰ ਹੈਗਾ ਜਿੱਥੇ ਸੈਂਕੜਿਆਂ ਦੇ ਹਿਸਾਬ ਨਾਲ ਜਿਹੜੇ ਨੌਜਵਾਨ HIV ਪੋਜ਼ੀਟਿਵ ਜਿਹੜੇ ਇੱਥੇ ਤੁਰੇ ਫਿਰਦੇ ਹੈਗੇ ਆ। ਪੰਜਾਬ ਸਰਕਾਰ ਨੂੰ ਇਹ ਗੁਜ਼ਾਰਿਸ਼ ਹੈਗੀ ਆ, ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਜਿਹੜੇ ਨੌਜਵਾਨਾਂ ਦੀ ਜ਼ਿੰਦਗੀਆਂ ਬਚਾਉਣ ਲਈ OST ਸੈਂਟਰਾਂ ਦੇ ਬਾਹਰਲੇ ਪਾਸੇ ਕੋਈ ਸਿਕਿਉਰਿਟੀ ਟਾਇਰ ਕੀਤੀ ਜਾਵੇ, ਉਹਨਾਂ ਦੀ ਦੇਖ ਰੇਖ ਕੀਤੀ ਜਾਵੇ ਜੋ ਕਿ ਨੌਜਵਾਨਾਂ ਦੀ ਜਾਨ ਬਚ ਸਕੇ। ਫਲੋਰ ਤੋਂ ਕੈਮਰਾਮੈਨ ਸੁਰਿੰਦਰ ਸਿੰਘ ਦੇ ਨਾਲ ਪ੍ਰਭਪਾਲ ਦੀ ਖਾਸ ਰਿਪੋਰਟ। C1 ਨਿਊਜ਼ ਦੀਆਂ ਜ਼ਿਆਦਾ ਅਪਡੇਟਸ ਲਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਬੈਲ ਆਈਕਨ ਪ੍ਰੈਸ ਕਰ ਸਕਦੇ ਹੋ।